ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਸਤਿਗੁਰੂ ਸਾਹਿਬ ਜੀ ਸੋਰਠ ਦੀ ਵਾਰ ਸਮਾਪਤ ਕਰਦਿਆਂ ਆਪਣੇ ਮਨ ਪ੍ਰਤੀ ਉਚਾਰ ਕੇ ਪਰਮਾਰਥੀ ਜ਼ਿੰਦਗੀ ਜੀ ਰਹੇ ਗੁਰਸਿੱਖਾਂ ਨੂੰ ਨਾਮ ਚਿੰਤਨ ਦਾ ਢੰਗ ਦੱਸਦੇ ਹੋਏ ਮਨ ਨੂੰ ਸੰਬੋਧਨ ਕਰਕੇ ਸ਼ਬਦ ਉਚਾਰਨ ਕਰਦੇ ਹਨ। ਇਹ ਮਨ ਹਰ ਜੀ ਧਿਆਏ, ਤੂੰ ਇੱਕ ਮਨ ਇੱਕ ਚਿੱਤ ਪਾਏ। ਹੇ ਮੇਰੇ ਮਨਾ, ਇੱਕ ਮਨ ਇੱਕ ਚਿੱਤ, ਇਕਾਗਰ ਚਿੱਤ ਹੋ ਕੇ ਭਾਏ ਪ੍ਰੇਮ ਨਾਲ, ਇੱਕ ਮਨ ਦੀ ਚਿੱਤ ਚਿਤਵੜੀ ਨੂੰ ਇੱਕ ਭਾਏ ਰਸ ਘਾਲਣਾ ਘਾਲ ਕੇ ਤੂੰ ਪਰਮੇਸ਼ਰ ਜੀ ਦੇ ਨਾਮ ਨੂੰ ਧਿਆਉਣਾ ਕਰ। ਹਰ ਕੀਆ ਸਦਾ ਸਦਾ ਵਡਿਆਈਆ, ਦੇ ਨਾ ਪਛੋਤਾਏ। ਉਹ ਪਰਮੇਸ਼ਰ ਦੀਆਂ ਹਮੇਸ਼ਾ ਹਮੇਸ਼ਾ ਹੀ ਵਡਿਆਈਆਂ ਸਿਫਤਾਂ ਕਰਿਆ ਕਰ, ਜੋ ਜੀਵਾਂ ਨੂੰ ਦਾਤਾਂ ਦੇ ਕੇ ਪਛਤਾਉਂਦਾ ਨਹੀਂ ਹੈ। ਹਉ ਹਰ ਕੈ ਸਦ ਬਲਹਾਰਣ, ਜਿਤ ਸੇਵਿਐ ਸੁਖ ਪਾਏ। ਮੈਂ ਉਸ ਪਰਮੇਸ਼ਰ ਦੇ ਤਾਈਂ ਸਦਾ ਸਦਾ ਸੈਂਕੜੇ ਵਾਰੀ ਕੁਰਬਾਨ ਜਾਂਦਾ ਹਾਂ, ਜਿਸ ਦਾ ਸੇਵਨ ਕਰਨ ਨਾਲ ਸੁਖ ਆਨੰਦ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਨਾਨਕ ਗੁਰਮੁਖ ਮਿਲ ਰਿਹਾ ਹੋਮੈ ਸ਼ਬਦ ਜਲਾਏ। ਸਤਿਗੁਰੂ ਜੀ ਕਥਨ ਕਰ ਰਹੇ ਆ ਕਿ ਗੁਰਮੁਖ ਜਨ ਆਪੋ ਵਿੱਚ ਪ੍ਰੇਮ ਦੇ ਨਾਲ ਮਿਲ ਕੇ ਰਹਿੰਦੇ ਹਨ ਅਤੇ ਦੇਹ ਦੀ ਹੰਗਤਾ ਨੂੰ ਸ਼ਬਦ ਦੀ ਕਮਾਈ ਕਰਕੇ ਜਲਾਏ ਕਹੀਏ ਸਾੜ ਦਿੰਦੇ ਹਨ। ਗੁਰਮੁਖ ਜਨ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਦੇਹ ਦੀ ਹੰਗਤਾ ਨੂੰ ਜਲਾਏ ਸਾੜ ਕੇ ਨਾਸ਼ ਕਰਕੇ ਨਾਲ ਮਿਲੇ ਰਹਿੰਦੇ ਹਨ, ਭਾਵ ਅਭੇਦ ਹੋਏ ਰਹਿੰਦੇ ਹਨ। ਮਹੱਲਾ ਤੀਜਾ। ਆਪੇ ਸੇਵਾ ਲਾਇਨ, ਆਪੇ ਬਖਸ਼ ਕਰੇ। ਆਪ ਹੀ ਸਤਿਗੁਰਾਂ ਨੇ, ਪਰਮੇਸ਼ਰ ਨੇ ਸਾਧ ਸੰਗਤ ਦੀ ਭਗਤੀ ਰੂਪੀ ਸੇਵਾ ਟਹਿਲ ਵਿੱਚ ਲਾਇਨ ਕਹੀਏ ਲਾਉਣਾ ਕੀਤਾ ਹੈ ਅਤੇ ਆਪ ਹੀ ਬ੍ਰਹਮ ਗਿਆਨ ਦੀ ਬਖਸ਼ਿਸ਼ ਕਰੇ ਕਹੀਏ ਕਰਦਾ ਹੈ। ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ। ਆਪ ਹੀ ਸਾਰਿਆਂ ਦਾ ਅਭਿੰਨ ਨਿਮਿਤ ਉਪਦਾਨ ਕਾਰਨ ਹੋਣ ਕਰਕੇ ਮਾਤਾ ਰੂਪ ਅਤੇ ਪਿਓ ਪਿਤਾ ਰੂਪ ਹੈ। ਆਪ ਹੀ ਸਾਰਿਆਂ ਦੀ ਸਾਰ ਸੰਭਾਲ ਕਰਦਾ ਹੈ। ਨਾਨਕ ਨਾਮ ਧਿਆਇਨ, ਨਾਨਕ ਨਾਮ ਧਿਆਇਨ, ਤਿੰਨ ਨਿੱਜ ਘਰ ਵਾਸ ਹੈ, ਯੁੱਗ ਯੁੱਗ ਸੋਭਾ ਹੋਏ। ਸਤਿਗੁਰੂ ਜੀ ਕਥਨ ਕਰ ਰਹੇ ਆ ਕਿ ਜੋ ਪੁਰਖ ਪਰਮੇਸ਼ਰ ਦਾ ਨਾਮ ਧਿਆਇਨ ਧਿਆਉਂਦੇ ਹਨ, ਉਹਨਾਂ ਦਾ ਨਿੱਜ ਆਪਣੇ ਸਰੂਪ ਰੂਪੀ ਘਰ ਵਿੱਚ ਨਿਵਾਸ ਹੋ ਜਾਂਦਾ ਹੈ ਅਤੇ ਯੁੱਗਾਂ ਯੁੱਗਾਂ ਵਿੱਚ ਸੋਭਾ ਵਡਿਆਈ ਹੁੰਦੀ ਹੈ, ਜਿਵੇਂ ਕਿ ਧਰੂ ਅਤੇ ਪ੍ਰਹਿਲਾਦ ਆਦਿਕਾਂ ਦੀ ਹੋ ਰਹੀ ਹੈ। ਪੌੜੀ ਤੂੰ ਕਰਨ ਕਾਰਨ ਸਮਰੱਥ ਹੈ ਕਰਦੇ, ਮੈਂ ਤੁਝ ਬਿਨ ਅਵਰ ਨਾ ਕੋਈ। ਇਹ ਸੰਸਾਰ ਨੂੰ ਕਰਤੇ ਰਚਣ ਵਾਲੇ ਵਾਹਿਗੁਰੂ ਜੀ, ਤੂੰ ਸਾਰੇ ਕਾਰਜਾਂ ਦੇ ਕਰਨ ਨੂੰ ਸਮਰੱਥ ਸਰਬ ਸ਼ਕਤੀਵਾਨ ਹੈ। ਮੈਂ ਤਾਂ ਤੁਝ ਕਹੀਏ ਤੁਹਾਡੇ ਤੋਂ ਬਗੈਰ ਅਵਰ ਅਸਥਾਨ ਵਿੱਚ ਹੋਰ ਕੋਈ ਵੀ ਨਿਸ਼ਚੇ ਨਹੀਂ ਕੀਤਾ। ਤੁਦੇ ਆਪੇ ਸਿਸ਼ਟ ਸਿਰਜੀਆ, ਆਪੇ ਫੁਨ ਗੋਈ। ਇਹ ਵਾਹਿਗੁਰੂ, ਤੁਸੀਂ ਆਪ ਹੀ ਸ੍ਰਿਸ਼ਟੀ ਸਿਰਜੀਆ ਪੈਦਾ ਕੀਤੀ ਹੈ
ਅਤੇ ਆਪ ਹੀ ਫੋਨ ਫੇਰ ਪਰਲੋ ਕਰਕੇ ਗੋਈ ਕਹੀਏ ਗੁਪਤ ਕਰ ਲੈਂਦਾ ਹੈ। ਆਪੇ ਹੀ ਫਿਰ ਗੋਈ ਬੁਲਾਈ ਮਿਲਾਈ ਛਪਾਈ ਹੈ, ਨੋਟ ਭਾਵ ਦੇਸ਼ ਭਾਸ਼ਾ ਦੀ ਬੋਲੀ ਕਰਕੇ ਬੁਲਾਈ ਹੈ, ਜਿਵੇਂ ਆਮ ਤੌਰ ਵਰਤੋਂ ਵਿੱਚ ਵੀ ਸ਼ਬਦ ਆਉਂਦਾ ਹੈ, ਜੈਸਾ ਕਿ ਤੱਤਾ ਠੰਡਾ ਪਾਣੀ ਗੋ ਦੇ ਭਾਵ ਗਰਮ ਪਾਣੀ ਵਿੱਚ ਠੰਡਾ ਮਿਲਾ ਦੇ। ਫਾਰਸੀ ਦੀ ਭਾਸ਼ਾ ਕਰਕੇ ਬੁਲਾ ਲਈ ਹੈ, ਸੰਸਕ੍ਰਿਤ ਭਾਸ਼ਾ ਕਰਕੇ ਛੁਪਾ ਲਈ ਹੈ। ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਏ। ਸਾਰਿਆਂ ਦੇ ਸਿਰ ਉੱਤੇ ਇੱਕ ਆਪ ਜੀ ਦਾ ਹੀ ਸ਼ਬਦ ਬ੍ਰਹਮ ਹੁਕਮ ਵਰਤ ਰਿਹਾ ਹੈ। ਜੋ ਕੁਝ ਪਿੱਛੇ ਕਰਦੇ ਸੀ ਉਹੀ ਹੁੰਦਾ ਸੀ, ਜੋ ਅੱਗੇ ਨੂੰ ਕਰੋਗੇ ਉਹੀ ਹੋਵੇਗਾ। ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ। ਹੇ ਪ੍ਰਭ ਪਰਮੇਸ਼ਰ ਜੀ, ਜਿਨ੍ਹਾਂ ਗੁਰਮੁਖ ਜਨਾਂ ਨੂੰ ਤੂੰ ਆਪ ਨਾਮ ਜਪਣ ਰੂਪ ਵਡਿਆਈ ਦੇ ਦਿੰਦਾ ਹੈ, ਜਿਨ੍ਹਾਂ ਗੁਰਮੁਖ ਜਨਾਂ ਨੂੰ ਗੁਰਾਂ ਦੁਆਰਾ ਬ੍ਰਹਮ ਗਿਆਨ ਦੀ ਵਡਿਆਈ ਬਖਸ਼ ਦਿੰਦਾ ਹੈ, ਹੇ ਹਰੀ ਪਰਮੇਸ਼ਰ, ਉਹੀ ਗੁਰਮੁਖ ਜਨ ਤੇਰੇ ਸਰੂਪ ਨੂੰ ਪਾ ਲੈਂਦੇ ਹਨ। ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ ਸੁੱਧ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਕਥਨ ਕਰਦੇ ਹਨ ਕਿ ਅਸੀਂ ਗੁਰਮੁਖ ਮੁਖੀ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਆਰਾਧਨਾ ਕੀਤਾ ਹੈ, ਇਸ ਲਈ ਸਾਰੇ ਆਖਣਾ ਕਰੋ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ। ਸੋਈ ਕਹੀਏ ਉਹੀ ਗੁਰ ਸਤਿਗੁਰੂ ਅਕਾਲ ਪੁਰਖ ਦਾ ਰੂਪ ਹਨ, ਜਿਸ ਸਤਿਗੁਰਾਂ ਦੀ ਕਿਰਪਾ ਨਾਲ ਵਾਹਿਗੁਰੂ ਨਾਮ ਨੂੰ ਆਰਾਧਿਆ ਹੈ। ਸਾਰੇ ਗੁਰਮੁਖ ਜਨ ਮਿਲ ਕੇ ਪ੍ਰੇਮ ਨਾਲ ਉਸ ਗੁਰੂ ਨੂੰ ਮਨ ਕਰਕੇ ਵੀ ਧੰਨ, ਬਾਣੀ ਕਰਕੇ ਵੀ ਧੰਨ ਅਤੇ ਸਰੀਰ ਕਰਕੇ ਵੀ ਧੰਨ ਆਖਣਾ ਕਰੋ। ਸੁੱਧ ਭਾਵ ਇਹ ਵਾਰ ਸੁਧਾ ਰੀਤ ਵਿੱਚ ਗਾਉਣੀ ਚਾਹੀਦੀ ਹੈ। ਇਹ ਵਾਰ ਸੁੱਧ ਹੈ, ਇਸ ਉੱਤੇ ਕੋਈ ਸਿੱਖ ਆਪਣੀ ਉਕਤ ਮੁਤਾਬਕ ਅਦਲਾ ਬਦਲੀ ਨਾ ਕਰੇ। ਇਹ ਸੋਰਠ ਦੀ ਵਾਰ ਦੀ ਬਾਣੀ ਹਿਰਦੇ ਨੂੰ ਸ਼ੁੱਧ ਪਵਿੱਤਰ ਕਰਨ ਵਾਲੀ ਹੈ, ਸ਼ੁੱਧ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਹੈ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨਿਮਰਤਾ ਵਿੱਚ ਆ ਕੇ ਜਿੱਥੇ ਪਹਿਲੇ ਗੁਰੂਆਂ ਦੀ ਵਾਰ ਰਚੀ ਹੈ ਉਸ ਨੂੰ ਸ਼ੁੱਧ ਅੱਖਰ ਵਿੱਚ ਲਿਖ ਕੇ ਭਾਵਨਾ ਪ੍ਰਗਟ ਕਰਦੇ ਹਨ ਕਿ ਇਹ ਬਾਣੀ ਬਿਲਕੁਲ ਸ਼ੁੱਧ ਹੈ। ਜਿੱਥੇ ਆਪਣੀ ਉਚਾਰਣ ਕੀਤੀ ਵਾਰ ਲਿਖਦੇ ਹਨ ਉੱਥੇ ਵੱਡੇ ਗੁਰਾਂ ਨੂੰ ਸਿਮਰਤੀ ਵਿੱਚ ਲੈ ਕੇ ਨਿਮਰਤਾ ਨਾਲ ਸ਼ੁੱਧ ਕੀਚੇ ਅੱਖਰ ਲਿਖਦੇ ਹਨ, ਭਾਵ ਕਿ ਹੇ ਸਤਿਗੁਰੂ ਜੀ, ਆਪ ਮੇਰੀ ਬਾਣੀ ਨੂੰ ਸ਼ੁੱਧ ਉਚਾਰਨ ਕਰਨ ਦੀ ਸਮਰੱਥਾ ਬਖਸ਼ੋ। ਸ਼ੁੱਧ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ ਘਰ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਅੱਗੇ ਪਾਵਨ ਅੰਗ 654 'ਤੇ ਸਤਿਗੁਰੂ ਜੀ ਰਾਗ ਸੋਰਠ ਦੇ ਵਿੱਚ ਭਗਤਾਂ ਦੀ ਬਾਣੀ ਪ੍ਰਾਰੰਭ ਕਰਦੇ ਹਨ। ਰਾਗ ਸੋਰਠ ਵਿੱਚ ਪਹਿਲੇ ਸੁਰਤਾਲ ਅੰਦਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਆਰੰਭ ਕਰਦੇ ਹਨ, ਮੰਗਲ ਕਰਦੇ ਹਨ ਇੱਕ ਅਦਵੈਤ ਰੂਪ ਪਰਮੇਸ਼ਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਸੋ ਇਸ ਸ਼ਬਦ ਦੀ ਉਥਾਨਕਾ ਇਉਂ ਹੈ, ਕਬੀਰ ਜੀ ਦੇ ਸ਼ਰਧਾਲੂਆਂ ਨੇ ਕਬੀਰ ਜੀ ਦੇ ਕੋਲ ਬੇਨਤੀ ਕੀਤੀ ਕਿ ਕਬੀਰ ਜੀ, ਬੁੱਤ ਪੂਜਣ ਵਾਲੇ ਹਿੰਦੂਆਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੈ ਜਾਂ ਮੁਸਲਮਾਨਾਂ
ਕਵੀ ਲੋਕਾਂ ਜੋਗੀ ਆਦਿਕ ਭੇਖਧਾਰੀਆਂ ਨੂੰ ਹੈ। ਤਾਂ ਕਬੀਰ ਜੀ ਕਹਿਣ ਲੱਗੇ ਕਿ ਪਰਮੇਸ਼ਰ ਦੇ ਸਿਮਰਨ ਤੋਂ ਬਗੈਰ ਮਨ ਟਿਕਦਾ ਨਹੀਂ ਅਤੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਇਉਂ ਆਪਣੇ ਮਨ ਨੂੰ ਸੰਬੋਧਨ ਕਰਦਿਆਂ ਉਪਦੇਸ਼ ਦਿੰਦੇ ਹਨ। ਸੋ ਪਹਿਲਾਂ ਅਰਥ ਰਹਾਉ ਵਾਲੀ ਪੰਕਤੀ ਤੋਂ ਸ਼ੁਰੂ ਹੋਣਗੇ। ਮਨ ਰੇ ਸੰਸਾਰ ਅੰਧ ਗਹੇਰਾ, ਚਹੋ ਦਿਸ ਪਸਰਿਓ ਹੈ ਜਮ ਜੇਵਰਾ ਰਹਾਉ। ਹੇ ਮੇਰੇ ਮਨਾ, ਪਰਮੇਸ਼ਰ ਦੇ ਨਾਮ ਤੋਂ ਬਗੈਰ ਸਾਰਾ ਸੰਸਾਰ ਅੰਧਤਾਈ ਦੇ ਗਹਿਰਾ ਡੂੰਘੇ ਖਾਤੇ ਵਿੱਚ ਪਿਆ ਹੋਇਆ, ਭਾਵ ਡਿੱਗਿਆ ਪਿਆ ਹੈ ਅਤੇ ਚਹੋਂ ਚਾਰੇ ਪਾਸੇ ਜਮਾਂ ਦਾ ਮੌਤ ਰੂਪੀ ਜੇਵਰਾ ਰਸਾ ਪਸਾਰਿਆ ਹੋਇਆ ਹੈ। ਰਹਾਉ ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਿਰ ਨਾਈ। ਸ਼ਬਦ ਆਰੰਭ ਕਰਦੇ ਹਨ ਕਿ ਹਿੰਦੂ ਲੋਕ ਤਾਂ ਪੱਥਰਾਂ ਦੀਆਂ ਬੁੱਤ ਮੂਰਤਾਂ ਨੂੰ ਪੂਜ ਪੂਜ ਕੇ ਮਰ ਗਏ ਹਨ, ਤੁਰਕ ਮੁਸਲਮਾਨ ਕਬਰਾਂ ਦੇ ਅੱਗੇ ਸਿਰ ਨਵਾ ਨਵਾ ਕੇ ਝੁਕਾ ਝੁਕਾ ਕੇ ਮਰ ਗਏ ਹਨ। ਓਏ ਲੇ ਜਾਰੇ ਓਏ ਲੇ ਗਾਡੇ, ਤੇਰੀ ਗੱਤ ਦੂਹੂ ਨਾ ਪਾਈ। ਓਏ ਭਾਵ ਉਹ ਹਿੰਦੂ ਲੋਕ ਤਾਂ ਜੀਵ ਆਤਮਾ ਦੇ ਨਿਕਲ ਜਾਣ ਤੋਂ ਬਾਅਦ ਸਰੀਰ ਨੂੰ ਲੈ ਕੇ ਸ਼ਮਸ਼ਾਨ ਭੂਮੀ ਵਿੱਚ ਜਾਰੇ ਸਾੜ ਦਿੰਦੇ, ਜਾਲ ਦਿੰਦੇ, ਅਤੇ ਓਏ ਉਹ ਮੁਸਲਮਾਨ ਸਰੀਰ ਨੂੰ ਲੈ ਕੇ ਕਬਰਾਂ ਵਿੱਚ ਗਾਡੇ ਦੱਬ ਦਿੰਦੇ, ਭਾਵ ਦਫਨਾ ਆਉਂਦੇ। ਪਰੰਤੂ ਹੇ ਮਨਾ, ਤੇਰੀ ਰੋਕਣ ਦੀ ਗਤ ਗਤੀ ਦੂਹੋਂ ਦੋਹਾਂ ਹਿੰਦੂ ਅਤੇ ਮੁਸਲਮਾਨਾਂ ਨੇ ਨਹੀਂ ਪਾਈ। ਹੇ ਪਰਮੇਸ਼ਰ, ਤੇਰੀ ਗਤ ਪ੍ਰਾਪਤੀ ਦੋਹਾਂ ਨੇ ਨਹੀਂ ਪਾਈ। ਮਨ ਰੇ ਸੰਸਾਰ ਅੰਧ ਗਹੇਰਾ, ਹੇ ਮੇਰੇ ਮਨਾ, ਸੰਸਾਰ ਜਗਤ ਅੰਧ ਤਾਈ ਅਗਿਆਨ ਦਾ ਗਾੜਾ ਹਨੇਰਾ ਖਾਤਾ ਹੈ। ਸਾਰਾ ਸੰਸਾਰ ਅੰਧ ਤਾਈ ਦਾ ਗਹੇਰਾ ਸੰਘਣਾ ਜਮਵਾਣ ਜੰਗਲ ਹੈ, ਅਗਿਆਨ ਨੇ ਗਹਿਰਾ ਪਕੜਿਆ ਹੋਇਆ ਹੈ। ਚਹੋ ਦਿਸ ਪਸਰਿਓ ਹੈ ਜਮ ਜੇਵਰਾ ਰਹਾਉ। ਇਸ ਦੇ ਚਾਰੇ ਪਾਸੇ ਜਮ ਜਮ ਦੂਤਾਂ ਦਾ ਮੌਤ ਰੂਪੀ ਜੇਵਰਾ ਰੱਸਾ ਫਾਹਾ ਪਸਾਰਿਆ ਫੈਲਿਆ ਹੋਇਆ ਹੈ। ਰਹਾਉ ਵਿਸਰਾਮ ਦੇ ਕੇ ਭਗਤ ਜੀ ਕਿਰਪਾ ਕਰਦੇ ਆ। ਕਬਿਤ ਕਬਿਤ ਪੜੇ ਪੜ ਕਵਿਤਾ ਮੂਏ, ਕੱਪੜ ਕੇ ਦਾਰੈ ਜਾਈ। ਕਵਿਤ ਭਾਵ ਕਵੀ ਲੋਕ ਆਪੋ ਆਪਣੀਆਂ ਕਵਿਤਾ ਪੜ੍ਹ ਪੜ੍ਹ ਕੇ ਮਰ ਗਏ ਹਨ। ਕੱਪੜ ਕਾਪੜੀ ਭੇਸ ਵਾਲੇ, ਗੇਰੂ ਰੰਗ ਦੇ ਬਸਤਰ ਪਾਉਣ ਵਾਲੇ ਸਾਧੂ ਕੇਦਾਰੈ ਕੇਦਾਰਨਾਥ ਆਦਿਕ ਤੀਰਥਾਂ 'ਤੇ ਜਾ ਜਾ ਕੇ ਹੰਭ ਕੇ ਮਰ ਗਏ ਹਨ। ਜਟਾ ਧਾਰ ਧਾਰ ਜੋਗੀ ਮੂਏ, ਤੇਰੀ ਗਤ ਇਨਹੈ ਨਾ ਪਾਈ। ਜੋਗੀ ਲੋਕ ਜਟਾ ਸਿਰ ਦੇ ਉਲਝੇ ਅਤੇ ਰੱਸੀ ਦੀ ਸ਼ਕਲ ਜੇ ਕੇਸ ਧਾਰ ਧਾਰ ਭਾਵ ਰੱਖ ਰੱਖ ਕੇ ਮਰ ਗਏ। ਪਰੰਤੂ ਹੇ ਮਨਾ, ਤੇਰੀ ਮੁਕਤੀ ਕਰਨ ਦੀ ਗਤ ਮਰਿਆਦਾ ਇਹਨਾਂ ਨੇ ਵੀ ਨਹੀਂ ਪਾਈ, ਭਾਵ ਨਹੀਂ ਪਾਉਣਾ ਕੀਤੀ। ਹੇ ਪਰਮੇਸ਼ਰ, ਤੇਰੀ ਪ੍ਰਾਪਤੀ ਦੀ ਗਤ ਗਤੀ ਇਹਨਾਂ ਨੇ ਵੀ ਨਹੀਂ ਪਾਈ। ਦਰਬ ਸੰਚ ਸੰਚ ਰਾਜੇ ਮੂਏ, ਗੱਡਲੇ ਕੰਚਨ ਭਾਰੀ। ਦੁਨੀਆਂ ਦੇ ਰਾਜੇ ਲੋਕ ਦਰਬ ਧਨ ਨੂੰ ਸੰਚ ਸੰਚ ਇਕੱਤਰ ਹੀ ਇਕੱਤਰ ਕਰਦੇ ਹੋਏ ਮਰ ਗਏ ਅਤੇ ਲੋਕਾਂ ਤੋਂ ਧੱਕੇ ਨਾਲ ਕੰਚਨ ਸੋਨੇ ਦੇ ਭਾਰੀ ਭਾਰਾਂ ਦੇ ਭਾਰ ਲੈ ਕੇ ਧਰਤੀ ਵਿੱਚ ਗੜ ਦੱਬ ਕੇ ਅੰਤ ਨੂੰ ਮਰ ਗਏ। ਵੇਦ ਪੜ੍ਹੇ ਪੜ ਪੰਡਿਤ ਮੂਏ, ਰੂਪ ਦੇਖ ਦੇਖ ਨਾਰੀ। ਪੰਡਿਤ ਵਿਦਵਾਨ ਲੋਕ ਵੇਦਾਂ ਦਾ ਪਾਠ ਪੜ੍ਹ ਪੜ੍ਹ ਕੇ ਨਿਸਫਲ ਮਰ ਗਏ, ਭਾਵ ਮਨ ਨੂੰ ਜਿੱਤ ਨਾ ਸਕੇ, ਪਰਮੇਸ਼ਰ ਦੀ ਪ੍ਰਾਪਤੀ ਨਾ ਹੋਈ ਅਤੇ ਕਾਮੀ ਪੁਰਖ ਨਾਰੀ ਇਸਤਰੀਆਂ ਦੇ ਸੋਹਣੇ ਰੂਪ ਸਰੂਪ ਦੇਖ ਵੇਖ ਵੇਖ ਕੇ ਹਿਰਸ ਦੇ ਮਾਰੇ ਮਰ ਗਏ। ਇਸਤਰੀਆਂ ਆਪਣੇ
ਦੇ ਕੇ ਮਰ ਰਹੀਆਂ ਕਿ ਸਾਨੂੰ ਰੂਪ ਤਾਂ ਸੋਹਣਾ ਦਿੱਤਾ ਹੈ ਪਰ ਸਾਡੇ ਕਰਮ ਮਾੜੇ ਹਨ ਕਿ ਕਿਸੇ ਰਾਜੇ ਦੀ ਕੁੱਲ ਵਿੱਚ ਨਾ ਵਿਆਹੀਆਂ ਗਈਆਂ। ਪੁਰਖ ਇਸਤਰੀਆਂ ਦੇ ਸੋਹਣੇ ਰੂਪ ਵੇਖ ਵੇਖ ਕੇ ਅਤੇ ਇਸਤਰੀਆਂ ਪੁਰਖਾਂ ਦੇ ਰੂਪ ਵੇਖ ਵੇਖ ਕੇ ਮਰ ਰਹੀਆਂ ਹਨ। ਰਾਮ ਨਾਮ ਬਿਨ ਸਭੈ ਬਿਗੂਤੇ ਦੇਖੋ ਨਿਰਖ ਸਰੀਰਾ। ਰਾਮ ਪਰਮੇਸ਼ਰ ਦੇ ਨਾਮ ਤੋਂ ਬਗੈਰ ਸਭੈ ਕਹੀਏ ਸਾਰੇ ਜੀਵ ਹੀ ਵਿਸ਼ੇ ਵਿਕਾਰਾਂ ਜਾਂ ਸੰਸਾਰਕ ਕਾਰ ਵਿਹਾਰਾਂ ਵਿੱਚ ਲੱਗ ਕੇ ਬਿਗੂਤੇ ਖਰਾਬ ਹੋ ਰਹੇ ਹਨ ਅਤੇ ਆਪਣੇ ਸਰੀਰਾ ਸਰੀਰ ਅੰਤਹਿਕਰਨ ਦੇ ਅੰਦਰ ਨਿਰਖ ਨਿਰਣਾ ਕਰਕੇ ਵਿਚਾਰ ਦ੍ਰਿਸ਼ਟੀ ਕਰਕੇ ਦੇਖ ਲਵੋ। ਹੇ ਭਾਈ, ਤੁਸੀਂ ਇਸ ਸਰੀਰ ਦਾ ਨਿਰਖ ਮੁੱਲ ਦੇਖੋ ਕਿ ਇਸ ਦਾ ਕੀ ਮੁੱਲ ਹੈ। ਭਾਵ ਇਸ ਦਾ ਕੋਈ ਮੁੱਲ ਨਹੀਂ ਕਿਉਂਕਿ ਪਰਮੇਸ਼ਰ ਦੇ ਨਾਮ ਤੋਂ ਬਗੈਰ ਸਭ ਪਰਲੋਕ ਵਿੱਚ ਖਰਾਬ ਹੁੰਦੇ ਬੇਕਦਰੇ ਹੁੰਦੇ ਹਨ। ਹਰ ਕੇ ਨਾਮ ਬਿਨ ਕਿਨ ਗਤ ਪਾਈ ਕਹਿ ਉਪਦੇਸ਼ ਕਬੀਰਾ। ਹਰੀ ਪਰਮੇਸ਼ਰ ਦੇ ਨਾਮ ਜਪੇ ਤੋਂ ਬਗੈਰ ਕਿਸ ਨੇ ਗਤ ਮੁਕਤੀ ਪਾਉਣਾ ਕੀਤੀ ਆ। ਭਾਵ ਕਿਸੇ ਨੇ ਮੁਕਤੀ ਨਹੀਂ ਪਾਈ। ਭਗਤ ਕਬੀਰਾ, ਭਗਤ ਕਬੀਰ ਸਾਹਿਬ ਜੀ ਉਪਦੇਸ਼ ਸਿੱਖਿਆ ਦਿੰਦੇ ਆ ਅਤੇ ਕਹਿ ਰਹੇ ਆ, ਕਥਨ ਕਰਦੇ ਆ ਕਿ ਇਸ ਲਈ ਹੇ ਭਾਈ ਪਰਮੇਸ਼ਰ ਦਾ ਨਾਮ ਸਿਮਰਨਾ ਕਰੋ। ਅੱਗੇ ਕਬੀਰ ਸਾਹਿਬ ਜੀ ਸਰੀਰ ਦੀ ਹਾਲਤ ਦਾ ਕਥਨ ਕਰਦੇ ਆ, ਜਬ ਜਰੀਐ ਤਬ ਹੋਏ ਭਸਮ ਤਨ ਰਹਿ ਕਿਰਮ ਦਾ ਲਿਖਾਈ। ਜਬ ਤੋਂ ਭਾਵ ਜਿਸ ਵੇਲੇ ਮਰਨ ਤੋਂ ਬਾਅਦ ਸਰੀਰ ਨੂੰ ਅੱਗ ਵਿੱਚ ਜਰੀਐ ਸਾੜ ਦਈਏ ਤਬ ਉਸ ਵੇਲੇ ਇਹ ਤਨ ਸਰੀਰ ਭਸਮ ਸਵਾਹ ਦੀ ਢੇਰੀ ਹੋ ਜਾਂਦਾ ਅਤੇ ਜੇਕਰ ਇਹ ਸਰੀਰ ਕਿਸੇ ਜੰਗਲ ਆਦਿ ਉਜਾੜ ਵਿੱਚ ਰਹਿ ਜਾਵੇ ਜਾਂ ਜਲਾਇਆ ਨਾ ਜਾਵੇ, ਕਬਰ ਵਿੱਚ ਟਿਕਿਆ ਰਹੇ ਤਾਂ ਕਿਰਮ ਕੀੜਿਆਂ ਦਾ ਦਲ ਝੁੰਡ ਸਮੂਹ ਸਰੀਰ ਨੂੰ ਖਾ ਜਾਂਦਾ ਹੈ। ਕਾਚੀ ਗਾਗਰ ਨੀਰ ਪਰਤ ਹੈ ਇਹ ਤਨ ਕੀ ਇਹ ਬੜਾਈ। ਕਈ ਪਾਣੀ ਵਿੱਚ ਜਲ ਪ੍ਰਵਾਹ ਕਰ ਦਿੰਦੇ ਹਨ, ਉਹ ਕਾਚੀ ਕੱਚੇ ਗਾਗਰ ਘੜੇ ਵਾਂਗ ਪਾਣੀ ਵਿੱਚ ਪੈ ਕੇ ਪਰਤ ਗਲ ਜਾਂਦੇ। ਇਉਂ ਇਹ ਇਸ ਤਨ ਸਰੀਰ ਦੀ ਇਹੋ ਜਿਹੀ ਬੜਾਈ ਕੀ ਵਡਿਆਈ ਹੈ ਜਿਵੇਂ ਕੱਚੀ ਗਾਗਰ ਕੱਚੇ ਗਾਗਰ ਘੜੇ ਵਿੱਚ ਨੀਰ ਪਾਣੀ ਪੈਂਦਾ ਹੈ। ਭਾਵ ਪਾਇਆ ਹੋਇਆ ਪਾਣੀ ਸਿੰਮਦਾ ਰਹਿੰਦਾ ਹੈ ਅਤੇ ਹੌਲੀ ਹੌਲੀ ਪਾਣੀ ਘੜੇ ਵਿੱਚੋਂ ਖਤਮ ਹੋ ਜਾਂਦਾ। ਇਸੇ ਪ੍ਰਕਾਰ ਪਰਮਾਤਮਾ ਨੇ ਸਰੀਰ ਰੂਪੀ ਕੱਚੇ ਘੜੇ ਵਿੱਚ ਸਵਾਸਾਂ ਰੂਪੀ ਪਾਣੀ ਪਾਇਆ ਜੋ ਦਿਨ ਰਾਤ ਹਰ ਰੋਜ਼ ਸਿੰਮਦਾ ਜਾ ਰਿਹਾ ਅਤੇ ਅਖੀਰ ਨੂੰ ਸਰੀਰ ਰੂਪੀ ਘੜੇ ਵਿੱਚੋਂ ਸਵਾਸਾਂ ਰੂਪੀ ਪਾਣੀ ਖਤਮ ਹੋ ਜਾਂਦਾ ਹੈ। ਜਿਵੇਂ ਕਿ 24,000 ਖਰਚ ਬੰਦੇ ਦਾ ਆਮਦਨ ਮੂਲ ਨਾ ਥੀਵੇ, ਜਿਸ ਬੰਦੇ ਕੋ ਇਤਨਾ ਘਾਟਾ ਸੋ ਬੰਦਾ ਕਿਉਂ ਜੀਵੇ। ਸਰੀਰ ਰੂਪੀ ਕੱਚੀ ਗਾਗਰ ਕਾਲ ਰੂਪੀ ਪਾਣੀ ਪੈਣ ਤੋਂ ਤਿੰਨੇ ਸਮਿਆਂ ਵਰਤਮਾਨ ਭੂਤਕਾਲ ਭਵਿੱਖਤ ਰੂਪੀ ਸਮਿਆਂ ਦਾ ਪਾਣੀ ਪੈਣ ਤੋਂ ਦਿਨ ਬ ਦਿਨ ਨਾਸ਼ ਹੋ ਰਹੀ, ਇਉਂ ਇਸ ਤਨ ਸਰੀਰ ਦੀ ਇਹੋ ਜਿਹੀ ਵਡਿਆਈ ਹੈ। ਕਾਹੇ ਭਈਆ ਫਿਰਤਾਉ ਫੂਲਿਆ ਫੂਲਿਆ। ਹੇ ਭਈਆ, ਤੂੰ ਭਾਵ ਭਾਈ, ਤੂੰ ਕਿਸ ਵਾਸਤੇ ਝੂਠੇ ਪਦਾਰਥਾਂ ਨੂੰ ਦੇਖ ਕੇ ਫੁੱਲਿਆ ਫੁੱਲਣ ਵਾਲੀਆਂ ਵਸਤੂਆਂ ਵਾਂਗ ਹੰਕਾਰ ਦੇ ਸਹਿਤ ਫੁੱਲਿਆ ਫੁੱਲਿਆ ਫਿਰਤਾਉ ਕਹੀਏ ਫਿਰਦਾ ਹੈ। ਫੁੱਲਿਆ ਬਹੁਤਾ ਖੁਸ਼ ਹੋਇਆ ਫਿਰਦਾ ਹੈ, ਜਿਵੇਂ ਦੀਵੇ ਦੇ ਜਲਣ ਨਾਲ ਉੱਪਰ ਕਾਲਸ ਦਾ ਗੁੱਲ ਭਾਵ ਫੁੱਲ ਬਣ ਜਾਂਦਾ ਹੈ। ਇਸੇ ਪ੍ਰਕਾਰ ਹੇ ਜੀਵ, ਤੇਰਾ ਮਨ ਰੂਪੀ ਦੀਵਾ ਪਰਾ ਲਬਧ ਰੂਪੀ ਤੇਲ ਦੇ ਸਹਿਤ ਵਾਚਨਾ ਰੂਪੀ ਬੱਤੀ ਨਾਲ ਸੜ ਸੜ ਕੇ ਕਾਲਸ ਦਾ ਗੁੱਲ ਬਣ ਗਿਆ ਹੈ। ਜਬ ਦਾ ਸਮਾਸ ਉਰਦ ਮੁਖ ਰਹਿਤਾ
ਸੋ ਦਿਨ ਕੈਸੇ ਭੁੱਲਿਆ ਰਹਾਉ। ਪਾਤਸ਼ਾਹ ਫਰਮਾ ਰਿਹਾ, ਜਿਸ ਵੇਲੇ ਤੂੰ 10 ਮਾਸ ਮਹੀਨੇ ਮਾਤਾ ਦੇ ਗਰਭ ਵਿੱਚ ਉਲਟੇ ਮੂੰਹ ਭਾਵ ਸਿਰ ਥੱਲੇ ਅਤੇ ਪੈਰ ਉੱਪਰ ਟਿਕਿਆ ਰਹਿੰਦਾ ਸੀ, ਉਰਦ ਰੂਪ ਪਰਮੇਸ਼ਰ ਵੱਲ ਮੁੱਖ ਕਰੀ ਰਹਿੰਦਾ ਸੀ ਕਿ ਮੈਨੂੰ ਇਸ ਜਗ੍ਹਾ ਤੋਂ ਬਚਾ ਲੈ, ਸਵਾਸ ਸਵਾਸ ਤੇਰਾ ਭਜਨ ਕਰਾਂਗਾ, ਉਹ ਦਿਨ ਤੈਨੂੰ ਕਿਵੇਂ ਭੁੱਲ ਗਿਆ। ਰਹਾਓ ਬਿਸਰਾਮ ਦੇ ਕੇ ਕਿਰਪਾ ਕਰਦੇ ਆ, ਜਿਉ ਮਦ ਮਾਖੀ ਤਿਉ ਸਠੋਰ ਰਸ, ਜੋਰ ਜੋਰ ਤਨ ਕੀ ਆ। ਜਿਉ ਤੋਂ ਭਾਵ ਜਿਵੇਂ ਮਦ ਮਧੂ ਮੱਖੀਆਂ ਫੁੱਲਾਂ ਦੇ ਰਸ ਨੂੰ ਜੋੜ ਜੋੜ ਕੇ ਸ਼ਹਿਦ ਇਕੱਠਾ ਕਰਦੀਆਂ ਹਨ ਅਤੇ ਧੂੰਆਂ ਕਰਕੇ ਜਾਂ ਹੋਰ ਕਿਸੇ ਸਾਧਨ ਦੁਆਰਾ ਕੋਈ ਹੋਰ ਚੋਕੇ ਲੈ ਜਾਂਦਾ ਹੈ, ਤਿਵੇਂ ਸਠੋਰ ਸੱਠ ਔਰ ਸੱਠ ਮੂਰਖ ਔਰ ਹਿਰਦੇ ਵਾਲੇ ਜੀਵ ਨੇ ਰਸ ਪ੍ਰੇਮ ਕਰਕੇ ਜਾਂ ਕਿਸੇ ਤੋਂ ਜ਼ੋਰ ਨਾਲ ਖੋਹ ਕੇ ਭਾਵ ਅਨੇਕਾਂ ਯਤਨਾਂ ਨਾਲ ਜੋੜ ਜੋੜ ਕੇ ਧਨ ਇਕੱਤਰ ਕੀਤਾ, ਪਰ ਕੰਮ ਕਿਸੇ ਹੋਰ ਦੇ ਆਉਂਦਾ ਹੈ, ਜਿਨ੍ਹਾਂ ਸੰਬੰਧੀਆਂ ਲਈ ਅਨੇਕਾਂ ਤਰ੍ਹਾਂ ਦੇ ਉਪਾਅ ਕਰਕੇ ਧਨ ਇਕੱਤਰ ਕਰਦਾ ਹੈ। ਮਰਤੀ ਬਾਰ ਲੇਹ ਲੇਹ ਕਰੀਐ, ਭੂਤ ਰਹਿਣ ਕਿਉਂ ਦੀਆ। ਉਹੀ ਸੰਬੰਧੀ ਜੀਵ ਦੇ ਮ੍ਰਿਤੂ ਸਮੇਂ ਮਰਨ ਸਮੇਂ ਕਿ ਇਸ ਪਾਸੋਂ ਪੁੱਛ ਲਵੋ, ਪੁੱਛ ਲੈਣਾ ਕਰੋ ਕਿ ਕਿਸ ਤੋਂ ਪੈਸੇ ਲੈਣੇ ਆ ਅਤੇ ਕਿਸ ਦੇ ਪੈਸੇ ਦੇਣੇ ਆ, ਕਿਸ ਕਿਸ ਜਗ੍ਹਾ ਪਰ ਧਨ ਰੱਖਿਆ ਹੋਇਆ। ਇਸ ਜੀਵ ਦੇ ਮਰਨ ਸਮੇਂ ਕਈ ਆਖਦੇ ਆ ਕਿ ਹੁਣ ਲੈ ਚੱਲੋ, ਹੁਣ ਲੈ ਚੱਲੋ, ਦਿਨ ਛਿਪਦਾ ਜਾਂਦਾ ਹੈ, ਜਲਦੀ ਸੰਸਕਾਰ ਕਰੀਏ, ਹੁਣ ਇਸ ਭੂਤ ਮ੍ਰਿਤਕ ਦੇਹ ਭੂਤ ਨੂੰ ਇਉਂ ਇਤਨੀ ਦੇਰ ਰਹਿਣ ਕਿਉਂ ਦਿੱਤਾ ਹੈ। ਹਿੰਦੁਸਤਾਨ ਵਿੱਚ ਕਈ ਜਗ੍ਹਾ ਔਰਤਾਂ ਮੁਰਦੇ ਦੇ ਨਾਲ ਸ਼ਮਸ਼ਾਨ ਸਿਵਿਆਂ ਭੂਮੀ ਦੇ ਨੇੜੇ ਤੱਕ ਚੱਲੀਆਂ ਜਾਂਦੀਆਂ, ਪਰ ਪੂਰਬ ਵਿੱਚ ਨਹੀਂ ਜਾਂਦੀਆਂ। ਅੱਗੇ ਕਬੀਰ ਸਾਹਿਬ ਜੀ ਪੂਰਬ ਦੀ ਰੀਤੀ ਦੱਸਦੇ ਆ। ਦੇਹੁਰੀ ਲਉ ਬਰੀ ਨਾਰ ਸੰਗ ਭਈ, ਆਗੈ ਸੱਜਣ ਸੁਹੇਲਾ। ਘਰ ਦੀ ਦੇਹੁਰੀ ਦਹਿਲੀਜ ਦਿਹਲੀ ਤੱਕ ਹੀ ਜੀਵ ਦੀ ਬਰੀ ਵਿਆਹੀ ਹੋਈ ਨਾਰ ਇਸਤਰੀ ਮੁਰਦੇ ਸਰੀਰ ਦੇ ਨਾਲ ਜਾਂਦੀ ਹੈ ਅਤੇ ਅੱਗੇ 4 ਕੁ ਕਰਮਾਂ ਸ਼ਮਸ਼ਾਨ ਭੂਮੀ ਤੱਕ ਮ੍ਰਿਤਕ ਸਰੀਰ ਦੇ ਨਾਲ ਸੁਹੇਲਾ ਸੁਖਦਾਇਕ ਸੱਜਣ ਮਿੱਤਰ ਜਾਂਦੇ ਹਨ। ਮਰ ਕੱਢ ਲਓ ਸਭ ਲੋਕ ਕੁਟੰਬ ਭਇਓ, ਆਗੈ ਹੰਸ ਅਕੇਲਾ। ਮਰਕਟ ਸ਼ਮਸ਼ਾਨ ਘਾਟ ਤੱਕ ਕੁਟੰਬ ਪਰਿਵਾਰ ਦੇ ਸਾਰੇ ਮੇਲ ਮਿਲਾਪ ਵਾਲੇ ਲੋਕ ਭਇਓ ਕਹੀਏ ਹੁੰਦੇ ਹਨ, ਪਰ ਅੱਗੇ ਪ੍ਰਲੋਕ ਵਿੱਚ ਤਾਂ ਹੰਸ ਜੀਵ ਆਤਮਾ ਇਕੱਲਾ ਹੀ ਜਾਂਦਾ ਹੈ। ਕਹਿਤ ਕਬੀਰ ਸੁਨਹੋ ਰੇ ਪ੍ਰਾਨੀ, ਪਰੇ ਕਾਲ ਗ੍ਰਸ ਕੂਆ। ਕਬੀਰ ਸਾਹਿਬ ਜੀ ਕਹਿਤ ਤੋਂ ਭਾਵ ਕਥਨ ਕਰਦੇ ਆ ਕਿ ਹੇ ਪ੍ਰਾਨੀ ਪ੍ਰਾਣਾਧਾਰੀ ਜੀਵ, ਸਾਡੀ ਸਿੱਖਿਆ ਸੁਣਨਾ ਕਰ। ਜੀਵ ਕਾਲ ਦੇ ਨਿਗਲੇ ਹੋਏ ਸੰਸਾਰ ਰੂਪੀ ਨਰਕ ਰੂਪੀ ਮੋਹ ਰੂਪੀ ਖੂਹ ਵਿੱਚ ਪੈ ਰਹੇ ਹਨ। ਝੂਠੀ ਮਾਇਆ ਆਪ ਬੰਧਾਇਆ, ਜਿਉ ਨਲਨੀ ਪ੍ਰਮਸੂਆ। ਜੀਵ ਨੇ ਕੂੜੀ ਭਾਵ ਝੂਠੀ ਮਾਇਆ ਵਿੱਚ ਆਪਣੇ ਆਪ ਨੂੰ ਬਣਾਇਆ ਹੋਇਆ। ਝੂਠੀ ਮਾਇਆ ਨੇ ਆਪਣੇ ਆਪ ਜੀਵਾਂ ਨੂੰ ਬੰਨ ਲਿਆ, ਜਿਵੇਂ ਭਰਮ ਭੁਲੇਖੇ ਕਰਕੇ ਸੂਆ ਤੋਤਾ ਆਪਣੇ ਆਪ ਨੂੰ ਨਲਨੀ ਨਲਕੀ ਵਿੱਚ ਬਣਾ ਲੈਂਦਾ ਹੈ। ਜਿਉ ਨਲਨੀ ਸੂਆਟਾ ਗਏ ਉਹ ਮਨ ਬੌਰਾ ਰੇ, ਮਾਇਆ ਇਹੋ ਵਿਵਹਾਰ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।